ਉਡੀਕਦਾ ਸੀਗਾ ਵੀ ਕਦੋਂ ਮੌਕਾ ਮਿਲੇਗਾ ਜਦੋਂ ਬਾਪੂ ਜੀ ਹੋਰਾਂ ਕੋਲ ਜਾਵਾਂਗੇ ਤੇ ਸ਼ੁਭਦੀਪ ਨੂੰ ਦੁਬਾਰੇ ਦੇਖਾਂਗੇ ਜੀ। ਤੇ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ। ਚਲੋ ਵਾਹਿਗੁਰੂ ਜੀ ਦੀ ਕਿਰਪਾ ਜੀ, ਪੂਰੀ ਦੁਨੀਆ ਦਾ ਪਿਆਰ ਹੈਗਾ ਗਾ, ਸੋ ਬਸ ਲੀਜੈਂਡ ਆ ਗਿਆ ਜੀ। ਤੇ ਸ਼ੁਭਦੀਪ ਸਿੰਘ ਸਿੱਧੂ, ਹਾਂਜੀ ਇਹੀ ਨਾਮ ਹੈ ਜੀ ਸ਼ੁਭਦੀਪ ਸਿੰਘ। ਬਿਲਕੁਲ ਜੀ ਬਿਲਕੁਲ, ਉਹ ਤਾਂ ਵੀਰੇ ਨੇ ਜਿਹੜੀ ਚੀਜ਼, ਹਾਂਜੀ ਹਾਂਜੀ ਲੈ ਇਹ ਚ ਪੁੱਛਣ ਵਾਲੀ ਤਾਂ ਪ੍ਰਸ਼ਨ ਹੀ ਨਹੀਂ ਹੈਗਾ। ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੇਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ, ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ, ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਿੰਨਾ ਪਿਆਰ ਕਰਦੀ ਹੈ। ਸੋ ਪੂਰੀ ਦੁਨੀਆ ਦੀਆਂ ਜੀ ਦੁਆਵਾਂ ਸੀਗੀਆਂ, ਬਲੈਸਿੰਗ ਸੀਗੀਆਂ ਤੇ ਵਾਹਿਗੁਰੂ ਜੀ ਨੇ ਸੁਣੀ, ਦੇਖੋ ਕਿੱਦਾਂ ਹੈ ਨਾ। ਬਈ 2 ਸਾਲ ਕੰਟੀਨਿਊ ਲੋਕ ਆਉਂਦੇ ਰਹੇ ਐਤਵਾਰ ਦੇ ਐਤਵਾਰ ਵੀ। ਜੀ ਜੀ ਜੀ, ਦੇਸ਼ਾਂ ਜੋ ਬੜੇ ਪੰਜਾਬੀ ਹੈ ਨਾ ਜੀ, ਬਿਲਕੁਲ ਬਿਲਕੁਲ ਉਰੇ ਵੀ ਜੀ, ਬੜੀ ਵੱਡੀ ਖੁਸ਼ੀ ਹੈ ਤਾਂ ਉਹਨਾਂ ਕੋਲ ਵੀ ਪਹੁੰਚ ਗਈ ਹੋਣੀ। ਹਾਂਜੀ ਹਾਂਜੀ ਹਾਂਜੀ, ਸਾਰੇ ਪਾਸੇ ਜੀ ਉਹੀ ਹੈ, ਮੈਂ ਕਿ ਸਾਰਿਆਂ ਦੀਆਂ ਦੁਆਵਾਂ ਨੇ। ਦੇਖੋ ਸਾਰੇ ਜਿੰਨੇ ਸਿੱਧੂ ਬਾਈ ਨੂੰ ਪਿਆਰ ਕਰਦੇ ਸੀਗੇ, ਬਸ ਉਹ ਪਿਆਰ ਦਾ ਨਤੀਜਾ ਜੀ ਦੇਖ ਲਓ, ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡਾ ਆਉਣ ਲੱਗਿਆ ਜੀ, ਫਿਰ ਬੱਲੇ ਬੱਲੇ ਜੀ। ਕੀ ਗੱਲਬਾਤ ਹੋਈ ਬਾਪੂ ਜੀ ਨਾਲ? ਬਾਪੂ ਨਾਲ ਤਾਂ ਬਸ ਉਹੀ ਗੱਲ ਕਰ ਰਹੀ ਸੀ, ਕਿੱਦਾਂ ਮਹਿਸੂਸ ਹੋ ਰਹੀ, ਕਿੱਦਾਂ ਸਾਰਾ, ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ। ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪੇਨੀਅਨ ਹੈਗੇ ਆ ਜੀ ਜੀ, ਕੀ ਰਿਐਕਸ਼ਨ ਸੀ ਸਾਰੇ ਪਾਸੇ ਜੀ, ਪੂਰੇ ਆਪਣੇ ਇੰਡਸਟਰੀ ਵਾਲੇ, ਨਾਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ, ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ, ਸਿੱਧੂ ਬਾਈ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ। ਲੈਜੈਂਡ ਇਜ਼ ਬੈਕ ਕਰੇ ਦੁਬਾਰਾ, ਬਿਲਕੁਲ ਜੀ ਲੈਜੈਂਡ ਇਜ਼ ਬੈਕ। ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ, ਲੈਜੈਂਡ ਇੱਕ ਹੀ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ, ਇਹ ਹੈ ਵੀ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫਿਰ ਦੁਬਾਰਾ। ਸੋ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਉਡੀਕਦਾ ਸੀਗਾ ਵੀ ਕਦੋਂ ਮੌਕਾ ਮਿਲੇਗਾ ਜਦੋਂ ਬਾਪੂ ਜੀ ਹੋਰਾਂ ਕੋਲ ਜਾਵਾਂਗੇ ਤੇ ਸ਼ੁਭਦੀਪ ਨੂੰ ਦੁਬਾਰੇ ਦੇਖਾਂਗੇ ਜੀ। ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ। ਚਲੋ ਵਾਹਿਗੁਰੂ ਜੀ ਦੀ ਕਿਰਪਾ ਜੀ, ਪੂਰੀ ਦੁਨੀਆ ਦਾ ਪਿਆਰ ਹੈਗਾ ਗਾ, ਸੋ ਬਸ ਲੀਜੈਂਡ ਆ ਗਿਆ ਜੀ। ਤੇ ਸ਼ੁਭਦੀਪ ਸਿੰਘ ਸਿੱਧੂ, ਹਾਂਜੀ ਇਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਸਿੱਧੂ। ਲੱਗਦਾ ਵੀ ਉਸੇ ਬੁਲੰਦੀਆਂ ਨੂੰ ਪਹਿਲਾਂ ਜੀ, ਬਿਲਕੁਲ ਜੀ ਬਿਲਕੁਲ, ਉਹ ਤਾਂ ਵੀਰੇ ਨੇ ਜਿਹੜੀ ਚੀਜ਼, ਹਾਂਜੀ ਹਾਂਜੀ ਲੈ ਇਹ ਚ ਪੁੱਛਣ ਵਾਲੀ ਤਾਂ ਪ੍ਰਸ਼ਨ ਹੀ ਨਹੀਂ ਹੈਗਾ। ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੇਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ, ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ, ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਿੰਨਾ ਪਿਆਰ ਕਰਦੀ ਹੈ। ਸੋ ਪੂਰੀ ਦੁਨੀਆ ਦੀਆਂ ਜੀ ਦੁਆਵਾਂ ਸੀਗੀਆਂ, ਬਲੈਸਿੰਗ ਸੀਗੀਆਂ ਤੇ ਵਾਹਿਗੁਰੂ ਜੀ ਨੇ ਸੁਣੀ, ਦੇਖੋ ਕਿੱਦਾਂ ਹੈ ਨਾ। ਬਈ 2 ਸਾਲ ਕੰਟੀਨਿਊ ਲੋਕ ਆਉਂਦੇ ਰਹੇ ਐਤਵਾਰ ਦੇ ਐਤਵਾਰ ਵੀ। ਜੀ ਜੀ ਜੀ, ਦੇਸ਼ਾਂ ਜੋ ਬੜੇ ਪੰਜਾਬੀ ਹੈ ਨਾ ਜੀ, ਬਿਲਕੁਲ ਬਿਲਕੁਲ ਉਰੇ ਵੀ ਜੀ, ਬੜੀ ਵੱਡੀ ਖੁਸ਼ੀ ਹੈ ਤਾਂ ਉਹਨਾਂ ਕੋਲ ਵੀ ਪਹੁੰਚ ਗਈ ਹੋਣੀ। ਹਾਂਜੀ ਹਾਂਜੀ ਹਾਂਜੀ, ਸਾਰੇ ਪਾਸੇ ਜੀ ਉਹੀ ਹੈ, ਮੈਂ ਕਿ ਸਾਰਿਆਂ ਦੀਆਂ ਦੁਆਵਾਂ ਨੇ। ਦੇਖੋ ਸਾਰੇ ਜਿੰਨੇ ਸਿੱਧੂ ਬਾਈ ਨੂੰ ਪਿਆਰ ਕਰਦੇ ਸੀਗੇ, ਬਸ ਉਹ ਪਿਆਰ ਦਾ ਨਤੀਜਾ ਜੀ ਦੇਖ ਲਓ, ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡਾ ਆਉਣ ਲੱਗਿਆ ਜੀ, ਫਿਰ ਬੱਲੇ ਬੱਲੇ ਜੀ। ਕੀ ਗੱਲਬਾਤ ਹੋਈ ਬਾਪੂ ਜੀ ਨਾਲ? ਬਾਪੂ ਨਾਲ ਤਾਂ ਬਸ ਉਹੀ ਗੱਲ ਕਰ ਰਹੀ ਸੀ, ਕਿੱਦਾਂ ਮਹਿਸੂਸ ਹੋ ਰਹੀ, ਕਿੱਦਾਂ ਸਾਰਾ, ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ। ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪੇਨੀਅਨ ਹੈਗੇ ਆ ਜੀ ਜੀ, ਕੀ ਰਿਐਕਸ਼ਨ ਸੀ ਸਾਰੇ ਪਾਸੇ ਜੀ, ਪੂਰੇ ਆਪਣੇ ਇੰਡਸਟਰੀ ਵਾਲੇ, ਨਾਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ, ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ, ਸਿੱਧੂ ਬਾਈ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ। ਲੈਜੈਂਡ ਇਜ਼ ਬੈਕ ਕਰੇ ਦੁਬਾਰਾ, ਬਿਲਕੁਲ ਜੀ ਲੈਜੈਂਡ ਇਜ਼ ਬੈਕ। ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ, ਲੈਜੈਂਡ ਇੱਕ ਹੀ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ, ਇਹ ਹੈ ਵੀ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫਿਰ।
ਦੁਆਰ ਤੋਂ। ਠੀਕ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।